ਕੁਦਰਤ ਦੇ ਕ੍ਰਿਸ਼ਮੇ, ਇੱਕੋ ਸਮੇਂ ਬੀਜੀਆਂ ਦੋ ਕਣਕਾਂ, ਉਹੀ ਕਣਕਾਂ 'ਤੇ ਬੱਲੀਆਂ, ਇੱਕ ਪੂਰੀ ਆਈ ਪਈ ਹੈ ਬੱਲੀ, ਇੱਕ ਤਾਂ ਵੱਢ ਕੇ ਐਂ ਤਿਆਰ ਹੋ ਗਿਆ ਦਾਣਾ, ਦੂਜੀ ਦਾ ਰਹੇ। ਲਓ ਜੀ, ਦਿਨ ਦੇ ਵੱਜ ਗਏ 4 ਅਤੇ ਆਪਾਂ ਵੀ ਕਣਕ ਵੱਢਣ ਆ ਗਏ, ਅਤੇ ਕਿੱਲਾ ਡੂਢ ਕਿੱਲਾ ਵੱਢਤਾ ਕਣਕ ਦਾ, ਅਤੇ ਵੱਢੀ ਵਗ ਦਿਆਂਗੇ ਦੇ ਤੇਰੀ ਦਿਲਾ ਤੇ ਦੇ ਆਪਣੇ ਖੇਤਾਂ 'ਚ ਲੱਗ ਗਈਆਂ ਰੌਣਕਾਂ, ਅਤੇ ਝੜ ਦੱਸੀਆਂ ਦੇ 13 ਤਰੀਕ ਦਾ, ਅਤੇ ਉੱਧਰ ਆਪਣਾ ਜਿਹੜੇ ਨੇ ਟਰੈਕਟਰ ਖੋਇਆ ਗਾ ਉਹਨਾਂ ਦਾ, ਟਰਾਲੀ ਪੁੱਛੀ ਸੀ ਆਪਾਂ ਮਸ਼ੀਨ ਵਾਲੇ ਦੀ ਨਾਲ, ਅਤੇ ਉਹਦੇ ਟਰੈਕਟਰ ਆਪਾਂ ਤੁਹਾਨੂੰ ਦਿਖਾਉਣੇ, ਉਹ ਖਬੋਈ ਬੈਠਾ ਉੱਥੇ ਵੀ ਚੱਲਾਂਗੇ ਆਪਾਂ, ਉਹ ਦਿਸੀ ਜਾਂਦਾ ਉਹ ਪਿੱਛੇ ਤੁਹਾਨੂੰ। ਅਤੇ ਆਪਾਂ ਕਣਕ ਦੀ ਵਾਢੀ ਸ਼ੁਰੂ ਕਰਤੀ, ਅਤੇ ਉਹਨੇ ਵੀ ਵੜਾ ਦਿੱਤੀ ਤਕਰੀਬਨ, ਅਤੇ ਚਾਚੇ ਨੇ ਵੜਤੀ, ਅਤੇ ਆਪਾਂ ਵੱਢੀ ਜਾਂਦੇ ਹੈਗੇ। ਆਹ ਦੇਖੋ ਆਪਾਂ ਕਹਿ ਦਿੰਦੇ ਹਾਂ ਕਣਕ ਉਹ ਹੈ, ਕਣਕ ਪੂਰੀ ਆਈ ਹੋਈ ਹੈਗੀ। ਉਹ ਬਾਈ ਤੋਕੀ ਤਾਂ ਹਾਰਨ ਮਾਰਦੇ, ਓ ਪਿਛਲੇ ਸਾਲ ਤਾਂ ਨਹੀਂ ਮਾਰਿਆ ਸੀ, ਤੋਕੀ ਤਾਂ ਠੰਡ ਵੀ ਬਹੁਤ ਪੈ ਗਈ। ਓਏ ਪੌਂ ਪੌਂ ਮਾਰਦੇ, ਓਏ ਓਏ ਹਾਰਨ ਮਾਰਦੇ। ਲਓ ਜੀ, ਕਣਕ ਦੀ ਵਾਢੀ ਹੋ ਗਈ ਸ਼ੁਰੂ, ਅਤੇ ਚੱਲ ਪਏ, ਅਤੇ ਬੱਦਲਬਾਈ ਵੀ ਹੋ ਰਹੀ ਆ, ਉੱਤੋਂ ਬਣੀ ਜਾਂਦੀ ਹਲਕੀ ਹਲਕੀ, ਤੋਕੀ ਮੌਸਮ ਨੇ ਹੇਰ ਫੇਰ ਕਰ ਗਿਆ ਥੋੜ੍ਹੀ ਜੀ। ਦਾਣੇ ਵਿਚਾਰਿਆ ਤੇ ਆ ਆਪਣਾ ਡਰਾਈਵਰ ਹੈਗਾ ਗੋਗੜੀ, ਉਹ ਹੋਰ ਗੋਗੜਿਆ ਕੰਮ ਭਖਿਆ ਕੇ ਭਖਿਆ ਨੀ, ਅਜੇ ਕੰਮ ਭਖ ਪਿਆ ਕੇ ਭਖਿਆ ਨੀ, ਚੱਲ ਪਿਆ ਭਾਈ ਕੰਮ, ਦੋ ਤੇ ਚਾਰ ਦਿਨ 'ਚ ਪੂਰਾ ਜੱਜ ਕੇ ਭਖ ਜੂਗਾ। ਅਤੇ ਕੰਮ ਚੱਲ ਪਿਆ ਇੱਧਰ ਆਪਣਾ, ਜਿਹੜਾ ਇਹ 3 ਕਿੱਲਿਆਂ ਦਾ ਪੱਟਾ ਸੀਗਾ, ਜਿਹੜਾ ਆਪਾਂ ਵਾਢੀ ਲਾ ਛੱਡੀ ਆ, ਜਿਹੜੇ ਮਸ਼ੀਨ ਇਹ 303 ਵੀ ਹੈਗਾ, ਇਹਦਾ ਆਪਾਂ ਤੁਹਾਨੂੰ ਝਾੜ ਦੱਸਾਂਗੇ ਕੀ ਰਿਹਾ। ਅਤੇ ਅੱਜ ਪਹਿਲਾ ਦਿਨ ਆਪਣੀ ਵਾਢੀ ਦਾ, ਵਿੱਚ ਆਹ ਦੇਖੋ ਹਰੇ ਦਾਣੇ ਜਿਹੜੇ ਉਹ ਬੱਲੀਆਂ ਦੇ ਵਿੱਚ ਆਪਾਂ ਦਿੱਤੀ ਜਾਂਦੇ ਆ, ਕਿਉਂਕਿ ਮੌਸਮ ਨੇ ਪਤਾ ਨਹੀਂ ਕੀ ਪਲਟੀ ਮਾਰੀ ਹੈ, ਵਿੱਚ ਆ ਬੱਲੀਆਂ ਹਰੀਆਂ ਨੇ ਅਤੇ ਕਣਕ ਆਈ ਪਈ ਹੈ, ਅਤੇ ਜਮਾਂ ਹਰੀ ਘਾਹ ਵਰਗੀਆਂ ਗਾ, ਮਸ਼ੀਨ ਦੇ ਰੰਗ ਵਰਗੀਆਂ ਬੱਲੀਆਂ, ਅਤੇ ਵਿੱਚ ਵਿੱਚ ਆਈ ਪਈ ਹੈ, ਪਤਾ ਨਹੀਂ ਤਾਂ ਥੱਲੋਂ ਫੋਟ ਕਰੀ ਹੈ ਕਿ ਕੀ ਸਿਸਟਮ ਹੈ, ਉਹਦੇ ਦਾਣੇ ਵਿੱਚ ਹਰੇ ਆਉਂਦੇ। ਆਹ ਦੇਖੋ ਇਹ ਜਿਹੜੀ ਆਪਾਂ ਗੱਲ ਕਰਦੇ ਹੋ ਹਰੀਆਂ ਬੱਲੀਆਂ ਦੀ, ਉਹ ਆਹ ਦੇਖੋ ਆਹ ਥੱਲੋਂ ਫੋਟ ਕਰਕੇ ਹਰੀਆਂ ਬੱਲੀਆਂ ਨਾਲ ਰਲੀਆਂ ਆਊਂਗਾ, ਦੇਖੋ ਉਨਾੜ ਵੀ ਨਹੀਂ ਹੈ, ਸੁੱਕ ਰਿਹਾ ਤੋਕੀ ਕਣਕ ਦਾ, ਬੱਲੀਆਂ ਤਾਹਾਂ ਤਾਹਾਂ ਤੋਂ ਆਂਗਾ ਪੰਗਾ ਆਂਗਾ। ਅਤੇ ਹੁਣ ਜੇ ਆਪਾਂ ਆਹ ਬੱਲੀ ਨੂੰ ਦੇਖਦੇ ਹਾਂ, ਬੱਲੀ ਕੰਨੀ ਵੇਟ ਕਰਦੇ ਹਾਂ ਤਾਂ ਆਪਣੀ ਦੂਜੀ ਕਣਕ ਭੁਰਨ ਲੱਗ ਜੂਗੀ ਜ਼ਿਆਦੇ, ਅਤੇ ਇਸ ਕਰਕੇ ਆਪਾਂ ਇੰਤਜ਼ਾਰ ਨਹੀਂ ਕਰ ਸਕਦੇ ਦੂਜੀ ਕਣਕ। ਉਹ ਦੇਖੋ ਪੂਰੀ ਆਈ ਹੋਈ ਹੈ, ਲਾਏ ਮੁੰਡੇ ਕਿਹੜੇ ਕਿਹੜੇ ਏਰੀਏ ਤੋਂ ਤੁਸੀਂ ਵੀਡੀਓ ਦੇਖ ਰਹੇ ਹੋ, ਅਤੇ ਕੀ ਤੁਹਾਡੇ ਝਾੜ ਰਿਹਾ ਕਣਕ ਦਾ, ਇਹ ਸਾਨੂੰ ਲਾ ਜ਼ਰੂਰ ਦੱਸਿਓ, ਅਤੇ ਬਣੇ ਰਹੋ ਵੀਡੀਓ ਦੇ ਨਾਲ। ਅਤੇ ਉੱਧਰ ਆਪਣਾ ਢੱਠਾ ਝੁਟਾ ਰਿਹਾ ਹੈਗਾ ਪਾਣੀ ਲੈ ਕੇ, ਉਹਨੂੰ ਆ ਕੇ ਮੈਂ ਪਾਣੀ ਲਿਆ ਪੀਣ ਨੂੰ, ਅਤੇ ਉਹ ਭਰ ਕੇ ਬੋਤਲ ਉਹ ਕੰਮ ਵਾ ਗਿਆ ਓਹੋ। ਲੈ ਵੀ ਇਹ ਆ ਭਾਈ ਤੇਰਾ ਯਾਰ ਕਲਿੰਡਰ ਗੱਡੀਆਂ ਦਾ, ਉਹ ਗੱਲ ਹੈ ਇਹ ਆਹ ਗੱਡੀ ਦਾ ਕਲਿੰਡਰ, ਅਤੇ ਇਹ ਡਰਾਈਵਰ ਵੀ ਹੈ, ਅਤੇ ਆਪਾਂ ਕਹਿੰਦੇ ਪੂਰਾ ਹੈਵੀ ਡਰਾਈਵਰ ਹੈ, ਹੈਵੀ ਡਰਾਈਵਰ ਉਸ ਹਿਸਾਬ ਦਾ ਨੀਗਾ, ਇਹ ਸਰੀਰ ਪੱਖੋਂ ਹੈਵੀ ਹੈਗਾ, ਇਹ ਆਪਣਾ ਜੁੜੀ ਦਾ ਯਾਰ ਹੈਗਾ,
ਤੇ ਇਹਨੇ ਲਾਈ ਹੈ ਡਿਊਟੀ ਤੇ ਕਾਲਾ ਪਰਨਾ ਝੋਨੇ ਵਾਲਾ ਵੀਡੀਓ ਦੇਖ ਲਿਓ ਪਹਿਲਾਂ ਤੁਸੀਂ, ਉਹੀ ਪਰਨਾ ਦੁਬਾਰੇ ਸੀਜਨ ਜਾ ਕੇ ਚੱਕ ਲਿਆ। ਤੇ ਆਹ ਡਰਾਈਵਰ ਉਹੀ ਹੈ ਜਿਹੜਾ ਆਪਣੇ ਸੀਜਨ 'ਚ ਉਦੋਂ ਸੀਗਾ, ਉਦੋਂ ਵੀ ਇਹੀ ਡਰਾਈਵਰ ਸੀ ਤੇ ਨਾਲ ਸੀਗਾ, ਨਵੀਂ ਕੰਪਾਈਨ ਲਿਆਂਦੀ ਹੈ ਪਿਛਲੇ ਸੀਜਨ। ਤੇ ਤੋਕੀ ਫਿਰ ਸੀਜਨ ਇਹਨਾਂ ਦੋਨਾਂ ਨੇ ਪੂਰਾ ਕਣਕ ਦਾ ਗੇਤਾ 'ਚ ਲਾ ਲਿਆ ਅਤੇ ਕਪਾਹ ਸੀਜਨ ਹੈ ਅਤੇ ਕਹਿੰਦੇ ਪੂਰੀ ਹੱਥ ਤਕਰਾਈ ਫਿਰੇ ਜਾਂਦੇ ਆ। ਉਹ ਪਰਦੇ ਪਰਦੇ ਫੁੱਲ ਕਰਦੇ ਆ, ਰੀਣ ਉੱਤੇ ਆਉਣ ਨੀ ਦਿੰਦੇ ਇਹਨਾਂ ਦਾ, ਆਹ ਸਾਰਿਆਂ ਨੂੰ ਵੱਡਾ ਫਾਇਦਾ ਹੈ। ਤੇ ਉਹ ਕਲਿੰਡਰ ਉੱਤੇ ਬੈਠਾ ਗਾ ਤੇ ਕੱਪੜੇ ਦੀਆਂ ਡਿਊਟੀਆਂ ਨਿਭਾ ਰਿਹਾ ਗਾ ਤੇ ਚੱਲਦੀ ਵੀ ਤੁਹਾਨੂੰ ਦਿਖਾਵਾਂਗੇ। ਇਹ ਆਪਣੇ 3 ਕਿੱਲਿਆਂ ਦਾ ਵੱਡਾ, ਇਹ 3 ਕਿੱਲਿਆਂ 'ਚੋਂ ਆਪਣੀ ਟਰਾਲੀ ਨੇੜੇ ਲੱਗ ਚੱਲੀ। ਆਪਾਂ ਉਹ ਕਰ ਦਿੰਦੇ ਕੁਛ ਨਾ ਕੁਛ, ਇਹਨੂੰ ਹੱਲਾ ਚੱਲੀ ਦਿੰਦੇ ਹਾਂ ਕਾਰ। ਉਹ ਇਹਨੂੰ ਤਾਰ ਦੀ ਜਵਾਕ ਦੇ, ਇਹਨੂੰ ਗਾਂ ਕਰਕੇ ਰੋਕ ਲਈ, ਉਹ ਰੋਕ ਲਾ। ਚਲੋ ਜੀ ਲੈ ਵੀ ਖਿੱਚ ਦੀਆਂ ਗੱਡੀਆਂ ਤੇ ਟਰਾਲੀ ਜਾਊ ਭਾਰ 'ਚ, ਇੱਕ ਜਿੱਦਾਂ ਮੈਨੂੰ ਪੈਂਦੀ ਦੀ ਵੀ ਨਹੀਂ ਅਤੇ ਆਪਾਂ ਨੂੰ ਟਰਾਲੀ ਹੋਰ ਲਿਆਉਣੀ ਪੈ ਸਕਦੀ ਹੈਗੀ ਅਤੇ ਦੇਖਦੇ ਹਾਂ ਫਿਰ ਕੀ ਬਣਦਾ ਹੈਗਾ। ਬਣੇ ਰਹੋ ਵੀਡੀਓ ਦੇ ਨਾਲ ਅਤੇ ਆਪਾਂ ਵੀ ਜਾ ਕੇ ਘਾੜਾਂ ਵੱਢਦੇ ਹਾਂ ਪਾਸੇ ਰਹਿ ਗਈਆਂ ਜਿਹੜੀਆਂ। ਲਓ ਜੀ ਆਪਣੇ 3 ਕਿੱਲਿਆਂ ਦਾ ਵੱਟਿਆ ਗਿਆ ਵੱਢਿਆ ਅਤੇ ਉੱਧਰ ਇੱਕ ਕੰਪਾਈਨ ਆਪਣੇ ਮੱਥੇ ਉੱਧਰ ਫਿਰਦੀ ਹੈ ਅਤੇ ਇੱਕ ਆਪਣੇ ਵੱਢਦੀ ਫਿਰਦੀ ਹੈ। ਇਹ ਉਹਨਾਂ ਵੀ ਵੱਢਤੀ ਕਣਕ ਅਤੇ ਇੱਧਰ ਟਰੈਕਟਰ ਖਬੋਈ ਖੜਿਆ ਚੋਬਰ ਅਤੇ ਇੱਧਰ ਆ ਗਿਆ ਚੋਬਰਾਂ 'ਤੇ ਗੇੜਾ ਲੈ ਕੇ ਅਤੇ ਲਾਸਟ ਟੈਂਕੀ ਹੈ ਜਿੰਨੀ ਕੁ ਹੈਗੀ ਹੈ ਉਹ ਪਾ ਦਾਂਗੇ। ਬਾਕੀ ਪਤਾ ਲੱਗ ਜੂ, ਤੁਸੀਂ ਦੱਸੋ ਵੀ ਇਹ 'ਚ ਕਿੰਨੀ ਕੁ ਪੈਂਦੀ ਹੈ ਕਣਕ ਅਤੇ ਆਪਣੀ ਇੱਕ ਟਰਾਲੀ ਇਹ ਤਕਰੀਬਨ ਫੁੱਲ ਵਾਂਗੂ ਹੋ ਚੱਲੀ ਅਤੇ ਇਹ ਚੋਬਰ ਕਹਿੰਦੇ ਚੁੰਨੀ ਵਾਂਗੂ ਬੰਨ ਕੇ ਮੁੱਕਾ ਸਿਰ 'ਤੇ ਧਰ ਕੇ ਅਤੇ ਫਿਰ ਗੱਲਾਂ ਬਾਤਾਂ ਹੋਰ ਕਰਦਾ ਗਾ ਅਤੇ ਆਪਾਂ ਚੱਲਾਂਗੇ। ਇਹ ਆ 3 ਕਿੱਲਿਆਂ 'ਚੋਂ ਆਪਣੀ ਹੈ ਤਾਂ ਥੋੜ੍ਹੀ ਜਿਹੀ ਗਿੱਲੀ, ਦਾਣੇ ਹਰੇ ਆਉਂਦੇ ਹੈਗੇ। ਲੈ ਵੀ ਇੱਧਰ ਆਪਾਂ ਮੰਡੀ 'ਚ ਲਾਇਆ ਇਹਦੇ ਨਾਲ ਟਰੈਕਟਰ ਖੁੱਭਿਆ ਜਿਹੜਾ ਉਹ ਕੱਢਤਾ
ਤੇ ਆਪਣੇ ਆਉਂਦੇ ਨੂੰ ਇਹ 'ਚ ਇੱਕ ਟੈਂਕੀ ਪਵਾ ਲਈ ਸੀਗੀ, ਉਹ ਟਰਾਲੀ ਫੁੱਲ ਹੋ ਗਈ ਸੀਗੀ ਆਪਣੀ, ਉਹਦਾ ਵਜ਼ਨ ਵੀ ਮੇਰੇ ਹਿਸਾਬ ਨਾਲ ਬਾਕੀ ਹਿਸਾਬ ਜਿਹਾ ਲਾਉਣ ਵਾਲਾ ਪਿਆ, ਊਂ ਕਣਕ ਠੀਕ ਹੋਊਗੀ ਮਤਲਬ 60-62 ਦੇ ਘਰਾਂ 'ਚ ਜਾਊਗੀ, ਅਤੇ ਬਾਕੀ ਇਹਦਾ ਪਤਾ ਲੱਗੂਗਾ 187 ਦਾ ਕਿੰਨਾ ਝਾੜ ਦਿੰਦੀ ਆ ਇਹ, ਅਤੇ ਜਿਹੜੀ ਉਹ ਸੀਗੀ ਆਪਣੀ ਉਹ 303 ਉਹ 60-62 ਦੇ ਘਰਾਂ 'ਚ ਹੈਗੀ ਅੰਦਾਜ਼ਾ ਆ ਜਾਗਾ, ਅਤੇ ਇਹਦਾ ਹਜੇ ਪਤਾ ਲੱਗੂਗਾ, ਦੇਖਦੇ ਹਾਂ ਆਪਾਂ ਕੀ ਝਾੜ ਝੂੜ ਰੱਖੂਗੀ। ਅਤੇ ਬਾਕੀ ਚੱਲ ਰਿਹਾ ਪੂਰੀਆਂ ਰੌਣਕਾਂ, ਜੀ ਲੱਗਦੇ ਪਏ ਖੇਤਾਂ 'ਚ ਅਤੇ ਮਸ਼ੀਨਾਂ ਚੱਲੀ ਜਾਂਦੀਆਂ, ਅਤੇ ਇਹੋ ਜਿਹੇ ਕੰਮਾਂ 'ਤੇ ਕਰਦੇ ਕੁਰਦੇ ਜੱਟਾਂ ਨੂੰ ਕਾਹਨੂੰ ਕੰਮ ਕਰਦੇ ਹੈਗੇ, ਇਹ ਬੰਬ ਹੁੰਦੇ ਆ ਜੱਟ ਕਾ ਘਿਓ ਵਾਂਗੂ ਲੱਗਦੀ ਆ ਕੰਡ ਤਾਂ। ਠੀਕ ਲੈ ਵੀ ਐਂ ਮਸਤ ਹੁੰਦੇ ਆ ਜੱਟ ਤਾਂ, ਚੰਗਾ ਕੰਡ ਕੁੰਡ ਕਾਹਨੂੰ ਮੰਨਦੇ ਹੁੰਦੇ ਆ, ਮਸਤ ਹੁੰਦੇ ਹੈਗੇ, ਕੰਡ ਦਾ ਜਮਾਂ ਘਿਓ ਵਾਂਗੂ ਲੱਗਦੀ ਹੈਗੀ, ਇਹਦਾ ਸ਼ਹਿਰੀ ਲੋਕੜਾਂ ਨੂੰ ਲੱਗਦੀ ਆ ਜਿਹੜੀ ਕਰਦਾ ਜਿਹਾ ਲੱਗਦਾ ਹੈ, ਅਤੇ ਇਹਦਾ ਸਾਈਡ ਦਾ ਉਹਦੇ ਨੂੰ ਇੱਥੇ ਜੰਮੇ ਪਲਿਆ ਮਿੱਟੀ 'ਚ, ਅਤੇ ਮਿੱਟੀ 'ਚ ਹੀ ਮਰਨਾ, ਅਤੇ ਘਿਓ ਵਾਂਗੂ ਲੱਗਦੀ ਆ, ਅਤੇ ਆਹ ਫਿਰਦਿਆਂ ਦੇਖ ਲਓ ਧੂੜਾਂ ਠਾਉਂਦੇ, ਬਾਕ ਤੁਸੀਂ ਆਪ ਦੇਖ ਲਓ ਦਿਨ ਦਾ ਛਪਿਆ ਗਾ, ਅਤੇ ਕਣਕ ਦੀ ਵਾਢੀ ਆਈ ਉਹ ਪੂਰੇ ਜ਼ੋਰਾਂ ਸ਼ੋਰਾਂ 'ਤੇ ਚੱਲ ਰਹੀ, ਆਹ ਵੀ ਵਾਧਾ ਆਇਆ ਹੋਇਆ ਉਹਦੇ ਨਾਲੋਂ, ਉਹ ਜਿਹੜਾ ਜ਼ਿਆਦਾ ਸੁੱਕਿਆ ਸੀਗਾ ਗਿੱਲਾ ਸੀ ਉਹ ਥੋੜ੍ਹੇ ਦਾਣੇ ਹਰੇ ਸੀਗੇ, ਇਹ 'ਚ ਹੈ ਨਹੀਂ ਗੇ। ਲੈ ਵੀ ਇੱਧਰ ਆਪਣੀ ਜਿਹੜੀ ਵਾਢੀ ਆ ਉਹ ਚੱਲ ਰਹੀ ਹੈਗੀ, ਅਤੇ ਜਿਹੜੀ ਆਪਣੀ 303 ਸੀ ਉਹ ਕਣਕ, ਅਤੇ ਆਹ 187 ਆ ਜਿਹੜੀ ਇਹ ਵੱਢੀ ਜਾਂਦੇ ਹੈ, 303 ਸੀ ਉਹ ਵੜਤੀ, ਅਤੇ ਇੱਧਰ ਚਾਚੇ ਹੋਰੀ ਬੈਠੇ ਹੈਗੇ ਆਪਣਾ ਮਾਸਟਰ ਹੈਗਾ ਚਾਚਾ, ਅਤੇ ਆਹ ਗੋਗੜੀ ਹੈ, ਅਤੇ ਇਹ ਲੈਂਦੇ ਆਨੰਦ ਕਿਰਿਆ ਕੰਬਾਈਨਾਂ ਦਾ ਖੇਤਾਂ 'ਚ, ਸ਼ਾਮ ਦਾ ਟਾਈਮ ਹੈ ਅਤੇ ਗਰਦਾ ਫਰਦਾ, ਤੁਹਾਨੂੰ ਦੱਸਿਆ ਪਿੰਡਾਂ ਵਾਲਿਆਂ ਦਾ ਖੇਤਾਂ ਬਿਨਾਂ ਜੀ ਨਹੀਂ ਲੱਗਦਾ ਹੁੰਦਾ, ਭਲੇ ਮਾਸਟਰ ਹੀ ਆਏ ਅਤੇ ਖੇਤ ਬਿਨਾਂ ਇਹਦਾ ਜੀ ਨਹੀਂ ਲੱਗਦਾ, ਖੇਤ ਕਿਹੜਾ ਮਾਰਦਾ ਹੀ ਮਾਰਦਾ ਗਾ ਕੇ, ਅਤੇ ਉਹ ਖੜਾ ਮੋਟਰਸਾਈਕਲ 'ਤੇ ਆ ਕੇ ਉੱਥੋਂ, ਅਤੇ ਹੁਣ ਕਿਹੜਾ ਕੰਬਾਈਨ ਕੋਲ ਆਇਆ ਗਾ, ਅਤੇ ਆਹ ਡੱਗੀ ਹੈ ਬਾਹਰ, ਐਤਕੀ ਦਾ ਸੀਜ਼ਨ ਇਹਨਾਂ ਨੂੰ ਐਂ ਲਾਉਣਾ, ਅਤੇ ਇਹਦਾ ਕੋਠਾ ਇੱਕ ਤਰ੍ਹਾਂ ਦਾ, ਅਤੇ ਆਉਣ ਵਾਲੇ ਦਿਨਾਂ 'ਚ ਗਰਮੀ 'ਚ ਝੋਨੇ ਵੇਲੇ ਅਸੀਂ ਇੱਥੇ ਹੀ ਨਹਾਇਆ ਕਰਾਂਗੇ, ਅਤੇ ਠੰਡਾ ਪਾਣੀ ਹੋਇਆ ਕਰੂਗਾ, ਕਿਵੇਂ ਗੋਗੜੀ ਸੁੱਖ ਹੋ ਜੂਗੇ ਹੋਣਾ ਨਹੀਂ, ਸਾਨੂੰ ਬਈ ਸਰ ਨੂੰ ਵੱਡਾ ਸੁੱਖ ਹੋਇਆ ਜੋ ਪਾਣੀ, ਹਾਂ ਇਹ ਸਰ ਨੂੰ ਵੱਡਾ ਸੁੱਖ ਹੋ ਗਿਆ ਕੰਪਨੀ ਨਾਲ ਨੂੰ, ਪਹਿਲਾਂ ਖਾਲ ਸੀਗੇ ਜਿੱਥੇ ਆਹ ਵੱਟ ਬਣਾਈ ਪਈ ਹੈ, ਕਦੇ ਐਂ ਲਾ ਲਾ ਜਿੱਥੋਂ ਦੀ ਮਰਜ਼ੀ ਕੰਪਨੀ ਨਾਲ ਸਿੱਧੀਆਂ ਜਾਇਆ ਕਰਨਗੀਆਂ, ਹੈ ਨਹੀਂ ਮੈਨੂੰ ਜਾਣਾ ਪਊਗਾ, ਅਤੇ ਇੱਥੇ ਪਾਣੀ ਪੀਣ ਦਾ ਸੁੱਖ, ਪਾਣੀ ਠੰਡਾ ਗਾ, ਅਤੇ ਫਿਰ ਮਿਲਦੇ ਹਾਂ ਆਪਾਂ, ਕਿਹੜਾ ਆਪਣਾ ਹਾਰਨ ਮਾਰਤਾ ਅਤੇ ਆਪਾਂ ਟੈਂਕੀ ਪਵਾ ਕੇ, ਹਾਂਜੀ ਹੋਈ ਹੈ ਇਹ ਆ ਭਾਈ ਮਸ਼ੀਨ ਵਾਲਾ, ਇਹਦੇ ਨਾਲ ਆਪਾਂ ਵਾਰਤਲਾਪ ਕਰਦੇ, ਬੱਲੀ ਫੜ ਫੜ ਲਾ ਸੰਗੀ ਜਾਂਦਾ, ਇਹ ਤੈਨੂੰ ਫੁੱਲ ਨਹੀਂ ਦਿੱਤਾ, ਮੈਂ ਤੈਨੂੰ ਬੱਲੀ ਫੜਾਈ ਹੈਗੀ, ਇਹ ਆਪਾਂ ਇਹਨੂੰ ਐਦਾ ਇਹ ਆਪਾਂ ਗੱਲਬਾਤ ਕਰਦੇ ਮਸ਼ੀਨ ਵਾਲੇ ਨਾਲ, ਵਿੱਚੇ ਲੋਕ ਇਹਨਾਂ ਕੇ ਹਰੀਆਂ ਕਣਕਾਂ ਬੜਾਤੀਆਂ, ਐਂ ਕਰਦੇ ਦਾਣੇ ਅੱਗੇ ਹਰੇ ਆਉਂਦੇ, ਹਰੇ ਦਾਣੇ ਆਉਣ ਦਾ ਕਾਰਨ ਕੀ ਹੈ, ਪਹਿਲੀ ਗੱਲ ਤੁਸੀਂ ਮਸ਼ੀਨ ਚੱਲਦੀ ਦੇਖੋ ਅਤੇ ਗਰਦ ਉੱਠਦੀ ਦੇਖੋ, ਬਾਕੀ ਇਸ ਸਾਲ ਮੌਸਮ ਨੇ ਥੋੜ੍ਹੀ ਤਬਦੀਲੀ ਲੈਤੀ ਹੈ, ਅਤੇ ਵਿੱਚੋਂ ਕਣਕ ਨਾ ਵਿੱਚੋਂ ਫੋਟ ਕਰਿਆ ਇਹਨੇ ਜਿਹੜੀ ਮਗਰੋਂ ਠੰਡ ਪਈ ਹੈ, ਉਹਦੇ ਕਾਰਨ ਜਿਹੜੀਆਂ ਬੱਲੀਆਂ ਵਿੱਚ ਹਰੀਆਂ ਆਗਾਂ ਉਹ ਪੂਰੀਆਂ ਹਰੀਆਂ ਆਗਾਂ, ਜੇ ਉਹਨਾਂ ਨੂੰ ਦੇਖਦੇ ਹਾਂ ਤਾਂ ਕਣਕ ਆਉਂਦੀ ਨਹੀਂ, ਆਹ ਦੇਖੋ ਆਪਾਂ ਇਹਨੂੰ ਵਿੱਚ ਖੜ੍ਹੇ ਇੱਥੇ ਆਹ ਖੜੀਆਂ, ਹੁਣ ਜੇ ਆਪਾਂ ਆਹ ਬੱਲੀ ਦਾ ਦੇਖਦੇ ਹਾਂ ਤਾਂ ਇਹਦੇ ਹਿਸਾਬ ਨਾਲ ਤਾਂ ਕਣਕ ਆਪਣੀ ਮੇਰੇ ਹਿਸਾਬ ਨਾਲ ਦੂਜੀ ਭਰੂਗੀ, ਫਿਰ ਦੂਜੀ ਭੁਰਦੀ ਹੈ, ਅਤੇ ਜੇ ਹੁਣ ਆਪਾਂ ਇਹ ਇਕੱਠੀਆਂ ਬੀਜੀਆਂ ਹੋਣਗੀਆਂ ਕਣਕਾਂ, ਇੱਕ ਇਹ ਵਾਹਣ 'ਚੋਂ ਆਪਾਂ ਦੋ ਬੱਲੀਆਂ ਲਿੱਤੀਆਂ ਦੇਖੋ, ਆ ਦੇ ਤਾਂ ਹੁਣ ਇਹ ਨਾ ਤੁਸੀਂ ਐਂ ਦੇਖੋ ਵੀ ਇੱਕ ਤਾਂ ਫੋਟ ਕਰੀ ਹੋਈ ਹੈ, ਦੂਜੀ ਇਹ ਕਣਕ ਆਈ ਹੋਈ ਹੈ, ਇਸ ਤਰ੍ਹਾਂ ਹੈਗਾ ਇਹ,
ਤੇ ਆਪਾਂ ਇਹਨੂੰ ਐਂ ਨਹੀਂ ਕਹਿ ਸਕਦੇ ਵੀ ਇਹ ਕਣਕ ਵੀ ਗਿੱਲੀ ਵੱਢ ਲਈ, ਇਹ ਮੌਸਮ ਦੀ ਤਬਦੀਲੀ ਕਰਕੇ ਕਣਕਾਂ ਆਪਣੀਆਂ ਆਈਆਂ ਪਈਆਂ ਤਕਰੀਬਨ, ਹਾਂ ਕੁੰਡ ਇੱਕੋ ਜਿਹੇ ਮੁੜੇ ਪਏ ਨੇ। ਬਾਕੀ ਆਪਾਂ ਡਰਾਈਵਰ ਨੂੰ ਪੁੱਛਦੇ ਹਾਂ ਗੁਰਦੀਪ ਨੂੰ ਕੰਪਾਈਨ ਦੇ ਮਾਲਕ ਨੂੰ ਵੀ ਕੀ ਕਹਿੰਦਾ ਇਹ, ਅਤੇ ਵੀ ਕਣਕਾਂ ਦੇ ਕੀ ਝਾੜ ਨੇ ਅਤੇ ਕੀ ਝਾੜ ਨੇ ਇਸ ਵਾਰ ਜੀ। ਝਾੜ ਜੀ ਬਹੁਤ ਵਧੀਆ ਜੀ, ਇਹਦੇ ਤੋਂ ਕੀ ਝਾੜ ਜੀ, ਕੀ ਝਾੜ ਆਉਂਦਾ ਜਾਂ ਕਿੰਨੇ ਤੋਂ ਲੈ ਕੇ ਕਿੰਨੇ ਤੇ? ਇਹਦਾ 55-60-65 ਜੀ, ਜਮਾਂ ਚੰਗੀ ਕੋਈ ਬੀਜ ਦੀ ਪ੍ਰਾਇਰਟੀ ਹੋ ਰਿਹਾ ਜੀ, ਉਹ 70 ਤੋਂ ਵੀ ਟੱਪ ਸਕਦੀ ਹੈ। ਲਓ ਜੀ ਇਹਨੇ ਕਣਕਾਂ ਦੇ ਝਾੜ, ਅਤੇ ਉੱਧਰ ਆਪਣੇ ਚਾਚੇ ਵਰਗੇ ਤੁਹਾਨੂੰ ਦੱਸਿਆ ਸੀਗਾ ਉਹ ਆਨੰਦ ਲੈ ਰਹੇ ਆ ਉੱਥੇ ਬੈਠੇ ਡੱਗੀ 'ਤੇ, ਜਮਾਂ ਸਵਾਦ ਕੁੱਟ ਰਹੇ ਆ। ਤੁਹਾਨੂੰ ਜੂਮ ਕਰਕੇ ਦਿਖਾ ਦਿੰਦੇ ਹਾਂ ਥੋੜ੍ਹਾ ਜਿਹਾ, ਉਹ ਮਾਸਟਰ ਹੈਗੇ ਅਤੇ ਮਾਸਟਰਾਂ ਦਾ ਵੀ ਜੀ ਨਹੀਂ ਘਰੇ ਲੱਗਦਾ, ਅਤੇ ਆਉਂਦੇ ਆ ਮਸ਼ੀਨਾਂ ਕੋਲ ਗੇੜੇ ਮਾਰਨ, ਅਤੇ ਆਪਣਾ ਤਾਂ ਲੋਕ ਜਿਹੜੇ ਖੇਤ ਰਹੇ ਨੇ ਉਹਨਾਂ ਦਾ ਤਾਂ ਕਿੱਥੋਂ ਲੱਗਣਾ ਸੀ, ਖੇਤ ਨਾਲ ਮੋਹ ਹੀ ਇੰਨਾ ਗਾ, ਅਤੇ ਕੰਡ ਆਪਾਂ ਨੂੰ ਤਾਂ ਨਹੀਂ ਲੜਦੀ, ਕੰਡ ਨੇੜੇ ਨਹੀਂ ਆਉਂਦੀ, ਹਾਂ ਮੋਹ ਆ ਨਾ, ਤਾਂ ਕਰਕੇ ਜਿਹੜਾ ਜਿਹੜੀ ਜੀ ਤੋਂ ਨਫ਼ਰਤ ਕਰਦਾ ਉਹਨੂੰ ਉਹ ਚੀਜ਼ ਚੰਗੀ ਨਹੀਂ ਲੱਗਦੀ, ਅਤੇ ਪਿੰਡਾਂ ਵਾਲਿਆਂ ਖਾਤਰ ਤਾਂ ਇਹ ਸਿਆਉਣਾ ਹੈ, ਸਿਆਉਣਾ ਹੈ ਸਾਡਾ ਇਹ, ਅਤੇ ਇਹਦੇ ਕਰਕੇ ਹੀ ਆਪਣਾ ਢਿੱਡ ਭਰਦਾ ਗਾ, ਅਤੇ ਜਿੱਦੇ ਆਪਾਂ ਇਹ ਹੁਣ ਉਹ ਹਟ ਗਈ ਕਰਨ ਉਹ ਹਟ ਗਏ, ਜੱਟਾਂ ਦੇ ਮੁੰਡਿਆਂ ਨੂੰ ਕਹਿੰਦੇ ਆ ਕਿ ਯਾਰ ਇਹਦਾ ਜੇ ਕੋਈ ਪੁੱਛਦਾ ਨਾ ਕਿ ਕੰਮ ਕੀ ਕਰਦਾ, ਖੇਤੀਬਾੜੀ ਕਰਦੇ, ਖੇਤੀਬਾੜੀ ਮਾੜਾ ਧੰਦਾ ਨਹੀਂ ਚੰਗਾ ਧੰਦਾ ਗਾ, ਵਿੱਚ ਕਹਿੰਦੇ ਤਾਂ ਮਾੜਾ ਖੇਤੀਬਾੜੀ ਕਰਦਾ ਯਾਰ, ਇਹਨੂੰ ਕੀ ਸੂਹ ਹੈ, ਸੂਹ ਸਾਰੀ ਹੁੰਦੀ ਹੈ ਗੱਲ ਕਰ, ਇਹਨਾਂ ਚਿੰਨੇ ਮਰਤਾ ਜਿਹੜੇ ਪਿੰਡਾਂ ਵਾਲੇ ਬੰਦੇ ਆ ਖੇਤੀਬਾੜੀ ਵਾਲੇ, ਇਹਨਾਂ ਸਾਰਿਆਂ ਨੂੰ ਵੱਧ ਹੁੰਦੀ ਹੈ, ਜਿਹੜੇ ਪੜ੍ਹੇ ਲਿਖੇ ਹੁੰਦੇ ਆ ਉਹਨੂੰ ਮਾੜਾ ਨਹੀਂ ਮੈਂ ਕਹਿੰਦਾ, ਉਹਨਾਂ 'ਚ ਐਟੀਟਿਊਡ ਥੋੜ੍ਹਾ ਜਿਹਾ ਜ਼ਿਆਦਾ ਹੁੰਦਾ, ਇਹ ਅਸੀਂ ਆਪ ਪਰਖਿਆ ਹੋਇਆ ਬੰਦਿਆਂ 'ਚ, ਵਿੱਚ ਜਿੱਥੇ ਵਰਤੇ ਹਾਂ ਉੱਥੇ ਸਾਨੂੰ ਪਤਾ ਲੱਗਦਾ, ਪਿੰਡਾਂ ਵਾਲਿਆਂ ਨਾਲ ਵੀ ਵਰਤੇ ਹਾਂ ਉਹ ਵੀ ਦੇਖ ਲੈਣ, ਅਤੇ ਇੱਕ ਵਾਰੀ ਜਿਹੜਾ ਲੀੜਾ ਕੱਪੜਾ ਹੁੰਦਾ ਉਹ ਬਸ ਉਹਨਾਂ ਇਹ ਚੰਗਾ ਪਾ ਜਾਂਦਾ, ਪਿੰਡਾਂ ਵਾਲੇ ਇਹ ਸੀਰੀਅਸ ਨਹੀਂ ਲੈਂਦੇ ਵੀ ਲੀੜਾ ਕੱਪੜਾ ਕਿਹੋ ਜਿਹਾ, ਉਹ ਅੰਦਰੋਂ ਮਨ ਸਾਫ਼ ਆ ਉਹਨਾਂ ਦੇ, ਲੀੜੇ ਕੱਪੜੇ ਘੱਟ ਸਾਫ਼ ਹੁੰਦੇ ਆ ਪਿੰਡਾਂ ਵਾਲਿਆਂ ਦੇ, ਅਤੇ ਜਿਹੜੇ ਸ਼ਹਿਰਾਂ ਵਾਲੇ ਆ ਉਹਨਾਂ ਦੇ ਲੀੜੇ ਕੱਪੜੇ ਸਾਫ਼ ਹੁੰਦੇ ਆ, ਅੰਦਰ ਸਾਰੇ ਨਹੀਂ ਹੁੰਦੇ ਇੱਕੋ ਜਿਹੇ, ਵਿੱਚ ਹੁੰਦੇ ਆ ਬੰਦੇ। ਬਾਕੀ ਤੁਹਾਡਾ ਕੀ ਵਿਚਾਰ ਆ, ਤੁਸੀਂ ਵੀ ਸਾਨੂੰ ਆਪਣੀ ਰਾਏ ਦੇ ਸਕਦੇ ਹੋ, ਅਤੇ ਇੱਧਰ ਦਿਨ ਦਾ ਛਪਾ ਅਤੇ ਮੌਸਮ ਵੀ ਬਦਲਦਾ ਤੁਰਿਆ ਜਾਂਦਾ ਗਾ। ਆਹ ਦੇਖੋ ਬੱਚੇ ਹਰੀਆਂ ਵੱਲੀਆਂ, ਆਹ ਜੀ ਇਹ ਦਾਣੇ ਹਰੇ ਆਉਂਦੇ ਹੈਗੇ, ਆਹ ਜੀ ਹਰੀ ਵੱਲੀ, ਇੱਕ ਉਹ ਪਰਾਂ ਖੜੀ ਥੱਲੇ ਇੱਕ ਹੋਰ ਡੂੰਘੀ, ਅਤੇ ਇੱਧਰ ਖੜੀਆਂ ਦੇਖੋ ਵਿੱਚੇ ਹਰੀਆਂ ਵੱਲੀਆਂ, ਦੂਜੀਆਂ ਵੱਲੀਆਂ ਆਈਆਂ ਪਈਆਂ ਆਗਾ, ਅਤੇ ਇਹ ਦੋਗੀਆਂ ਕੁਦਰਤ ਦੇ ਰੰਗ ਆ ਡੋਡੀ ਸਾਹਿਬ, ਆ ਦੇਖੋ ਆਹ ਦੋਗੀ ਹੈ ਜਿਵੇਂ ਆਹ ਪੀੜੀ ਕੁ ਦਾ ਥਾਂ ਇੱਥੇ ਹਰਾ ਗਾ, ਅਤੇ ਇੱਕ ਤੁਹਾਨੂੰ ਹੋਰ ਦਿਖਾਉਣਾ ਇੱਥੇ ਤਜਰਬਾ, ਲੈ ਵੀ ਆਪਾਂ ਕਣਕ ਵਢਾਉਣ ਖਾਤਰ ਫੌਜੀ ਸੱਦਿਆ ਛੁੱਟੀ 'ਤੇ, ਸਪੈਸ਼ਲ ਛੁੱਟੀ ਦਵਾਈ ਹੈ ਇਹਨੂੰ, ਹਾਂ ਇਹ ਥੋੜ੍ਹਾ ਥੋੜ੍ਹਾ ਇਹ ਤੋਂ ਵੀ ਸਹਾਰਾ ਲੈਣਾ ਪੈਂਦਾ ਗਾ, ਇਹਨੂੰ ਮੈਂ ਕਿਹਾ ਤੂੰ ਉਸ ਟਾਈਮ 'ਚ ਛੁੱਟੀ ਲੈ ਲਿਆ ਕਰ, ਸਿਰ ਨਾ ਮਾਰ ਮਾੜਾ ਜਾਂ ਕੋਈ ਡਾ, ਮੈਨੂੰ ਪਤਾ ਫੌਜੀ ਹੈ ਤੂੰ, ਲੈ ਵੀ ਇਹ ਨੇ ਖੇਤਾਂ ਦੇ ਨਜ਼ਾਰੇ, ਇਹ ਆਈ ਜਾਂਦੇ ਅਤੇ ਜਾਈ ਜਾਂਦੇ, ਅਤੇ ਮਸ਼ੀਨਾਂ ਫਿਰਦੀਆਂ ਕੂਕਦੀਆਂ, ਬਸ 10 ਕੁ ਦਿਨਾਂ ਦਾ ਸੀਜ਼ਨ ਰਹਿ ਗਿਆ, ਹੁਣ ਸਾਧਨ ਬਹੁਤ ਹੋ ਗਏ। ਚੱਲੀ ਜਾਂਦਾ ਵੇ ਰੀਲ ਦਾ ਕੰਮ, ਇੱਧਰੋਂ ਵਾਢੀ ਚੱਲ ਰਹੀ ਹੈ ਜੋਰਾਂ ਸ਼ੋਰਾਂ 'ਤੇ, ਇਹਦੇ ਪੱਲੇ ਆਪਣਾ ਡਾਲਾ ਲੀਕ ਸੀ, ਇਹਦੇ ਉੱਤੇ ਆਪਾਂ ਪੱਲੀਆਂ ਲਾਤੀਆਂ,
ਆਪਾਂ ਵੀ ਤਾਂ ਚੜ ਕੇ ਵੀਡੀਓ ਬਣਾ ਲਗੇ ਨਾ ਨਾ ਉਧਰ ਕਿਤੇ ਨੀ ਆਪਣੇ ਵਰਗੇ ਸੰਭਾਲਦੇ ਹੈਗੇ ਤੇ ਆਪਾਂ ਰੱਖਤੀ ਦਾਤੀ ਸਾਂਭਤੀ ਸੀ ਆਹ ਦੇਖੋ ਆਹ ਪਈ ਆ ਸਾਂਭ ਮੈਂ ਹਥਿਆਰ ਆਪਾਂ ਸਾਂਭਦੇ ਹਾਂ ਇਹਨੂੰ ਤਾਂ ਪਤਾ ਹੀ ਨੀ ਕਿੱਥੇ ਸਿੜਤੀ ਸੀ ਤੇ ਇਹ ਦੌਗੀਆਂ ਦੇਖੋ ਪਹਿਲਾਂ ਤੁਸੀਂ ਵਿੱਚ ਰੁੱਕ ਇਹ ਨਾ ਖਰਗੋਸ਼ ਸੀਗਾ ਵਿੱਚ ਰਹਿੰਦੇ ਉਹ ਵਿੱਚੋਂ ਉੱਤੋਂ ਟੁੱਕ ਗਿਆ ਤੇ ਉਹ ਦੁਬਾਰੇ ਫੁੱਟੀ ਕਣਕ ਉਹ ਦੌਗ ਪੀੜੀ ਪੀੜੀ ਦਾ ਥਾਂ ਕਿਤੇ ਕਿਤੇ ਟੁੱਕਿਆ ਗਾ ਉਹ ਹਰੇ ਦਾਣੇ ਆਉਂਦੇ ਹੈਗੇ ਤੇ ਬਾਕੀ ਤਾਂ ਕਣਕ ਆਈ ਵੀ ਤੁਸੀਂ ਦੇਖ ਹੀ ਸਕਦੇ ਹੋ ਘੁੰਡ ਮੁੜੇ ਹੀ ਪਏ ਹੈਗੇ ਤੇ ਗਰਦਾ ਫੁੱਲ ਉੱਠਦਾ ਗਾ ਜਿਹੜੇ ਆਪਣੇ ਏਰੀਏ ਦਾ ਝਾੜ ਹੈਗਾ ਉਹ ਆਪਾਂ ਕਹਿ ਸਕਦੇ ਹਾਂ ਵੀ ਸਾਡੇ ਪਿੰਡਾਂ ਵੱਲੀ ਦਾ ਜਿਵੇਂ ਬਠਿੰਡਾ ਮਾਨਸਾ ਰੋੜੀ ਸੂਰਤ ਗਿਆ ਇਹ ਏਰੀਆ ਗਿਆ ਇੱਥੇ ਝਾੜ ਹੈ ਜਿਹੜੇ ਤਾਂ 10ਵੇਂ ਮਹੀਨੇ ਦੀ 25 ਤਰੀਕ ਤਾਈਂ ਕਣਕਾਂ ਬੀਜੀਆਂ ਸੀ ਵੀ 30 ਤਰੀਕ ਤੋਂ ਚੜ੍ਹਨ ਤੋਂ ਬਾਅਦ 11ਵਾਂ ਮਹੀਨਾ ਚੜ੍ਹਨ ਤੋਂ ਪਹਿਲਾਂ ਕਣਕਾਂ ਬੀਜੀਆਂ ਸੀ ਉਹ ਤਾਂ ਝਾੜ ਘਟਾ ਗਈਆਂ ਅਤੇ ਤੋਂ ਕੀਤੀ 86 ਦਾ ਝਾੜ ਸਾਰਿਆਂ ਨਾਲੋਂ ਵੱਧ ਹੈ ਅਤੇ ਉਹ ਦੇਖੋ ਬਾਈ ਨੂੰ ਕਿਹੜੇ ਵੇਲਿਆਂ ਦੇ ਬੋਲ ਮਾਰੀ ਉਹਦੇ ਹਾਰਨ ਮਾਰਦੇ ਉਹਨੇ ਹਾਰਨ ਮਾਰਤਾ ਧੰਨਵਾਦ ਉਹਦਾ ਆਪਾਂ ਪਵਾਵਾਂਗੇ ਟੈਂਕੀ ਚੱਲ ਕੇ ਅਤੇ ਜਿਹੜੀਆਂ ਬੀਜ ਦੀ ਗੱਲ ਕਰਦੇ ਸੀ ਆਪਾਂ 30-86 ਦਾ ਝਾੜ ਤੋਂ ਕੀ ਡਾਊਨ ਹੈ ਆਪਣੇ ਚਾਚੇ ਕੀ ਸੀਗੀ ਉਹਨਾਂ ਦੇ 50 ਕੁ ਮਣ ਮਸਾਂ ਜਾਊਗੀ 45-50 ਮਣ ਦੇ ਸਨ 'ਚ ਹੀ ਰਹੂਗੀ ਪੀਲੇ ਕੂੰਕੇ ਉਹਨੂੰ ਪਹਿਲੀਆਂ 'ਚ ਪੈ ਗਈ ਸੀ ਜਿਹੜਾ ਆਪਣੇ ਬੀਜ ਹੈਗਾ ਆਪਣੇ ਬੀਜ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਤਕਰੀਬਨ ਜਿਹੜੀ 60-62 ਮਣ ਦੀ 303 ਹੈਗੀ ਬਾਕੀ ਕੰਡਾ ਕਿਰ ਤੋਂ ਬਾਕੀ ਕਲੀਅਰ ਹੋ ਜੂਗਾ ਅਤੇ ਜਿਹੜੀ 187 ਹੈ ਉਹ 'ਚ ਆਹ ਟਰਾਲੀ ਦੇਖੋ ਉਹ ਆਪਾਂ ਫੁੱਲ ਭਰੀ ਸੀ ਟਰਾਲੀ ਇਹੀ ਟਰਾਲੀ ਸੀਗੀ ਅਤੇ ਆਪਾਂ ਕੰਡਾ ਕਰਾਇਆ ਸੀ ਇਹਦਾ ਵੀ ਕੰਡਾ ਕਰਾਵਾਂਗੇ ਕਿੰਨੀ ਹੁੰਦੀ ਹੈ ਅਤੇ ਉਹਦਾ ਵੀ ਕੰਡਾ ਕਰਾਇਆ ਪਰਚੀਆਂ ਦਿਖਾਵਾਂਗੇ ਤੁਹਾਨੂੰ 3-3 ਕਿੱਲੇ ਇੱਕੋ ਜਿਹੇ ਸੀ ਕਿੱਲੇ ਤੋਂ ਕਨਾਲ ਕਨਾਲ ਘੱਟ ਹੀ ਹੈ ਬਣ ਅਤੇ ਬਾਕੀ ਆਪਾਂ ਝਾੜ ਤੁਸੀਂ ਵੀ ਆਪਣੇ ਏਰੀਏ ਦੇ ਦੱਸੋ 60-65 ਮਣ ਦੇ ਹੈਗੇ ਹੈਗੇ ਵੀ ਦਾ 303 ਅਤੇ 187 ਦਾ ਪਤਾ ਲੱਗੂਗਾ ਜੇ ਅਤੇ 30-86 ਦਾ ਆਪਣੇ ਉਹਨਾਂ ਚਾਚੇ ਕੇ ਉਹਨਾਂ ਦੇ 50 ਮਣ ਤੋਂ ਥੱਲੇ ਡਿੱਗ ਵੀ ਫਿੱਟ ਰਹੀ ਹੈ ਉਹ ਪੁਰਾਣੀ ਵਰਾਇਟੀ ਹੈ ਉਹਨੂੰ ਪੀਲੀ ਕੁੰਗੀ ਦਾ ਜਿਹੜਾ ਅਟੈਕ ਹੈ ਉਹ ਵੱਧ ਹੁੰਦਾ ਗਾ ਉਹ ਵੀ ਆਪਾਂ ਬਦਲ ਸਕਦੇ ਹੈਗੇ ਇਹ ਆਪਾਂ ਕਹਿ ਸਕਦੇ ਅਤੇ ਬਾਕੀ ਚੰਗੇ ਡਰਾਈਵਰ ਦੀ ਨਿਸ਼ਾਨੀ ਆਹ ਹੁੰਦੀ ਆ ਉਹ ਦੇਖੋ ਦੌਗੀ ਥੱਲੇ ਰਹਿ ਗਈ ਸੀਗੀ ਅਤੇ ਉਹ ਵੀ ਬੈਕ ਕਰਕੇ ਚਕਾਈ ਨਾਲ ਚੱਕੀ ਹੋਈ ਹੈਗੀ ਅਤੇ ਠੀਕ ਹੈ ਫਿਰ ਕਣਕ ਸੀ ਅਤੇ ਜਿਹੜਾ ਆਪਾਂ ਖਾਈ ਅੱਧਾ ਪਟਿਆ ਗਾ ਅਤੇ ਉਹ ਆਪਣਾ ਵੱਢਿਆ ਗਿਆ 3 ਕਿੱਲਿਆਂ ਦਾ ਪਟਾ ਸੀ 3 ਕਿੱਲੇ ਪਹਿਲਾਂ 303 ਸੀਗੀ ਉਹ ਸੀਗੀ ਵੱਢੀ ਹੋਈ ਅਤੇ ਡਰਾਈਵਰ ਦੇਖਦਾ ਮੋਛਾਂ ਜੀਆਂ ਮਾੜੇ ਮਾੜੇ ਵੀ ਕਰਦਾ ਪਿਆ ਕਿ ਨਾ ਕਰਦਾ ਤਾਂ ਪਿਆ ਗਾ ਅਤੇ ਝਾੜ ਚੰਗਿਆ ਦੁੱਕਿਆ ਸੀ ਨਿਕਲਦੇ ਇਹ ਵੀ ਤਾਂ ਝਾੜ ਵੀ ਮੈਨੂੰ ਤਕਰੀਬਨ ਓਨਾ ਹੀ ਲੱਗਦਾ ਅਤੇ ਆਪਣੀ ਜਿਹੜੀ ਟੈਂਕੀ ਹੈ ਇੱਕ ਟੈਂਕੀ ਹੈ ਭਰ ਜੂਗੀ ਹੈ ਉਹ ਨਹੀਂ ਵੱਢਦੇ ਕਿੱਲਾ ਹੈਗਾ ਉਹ ਅਤੇ ਇੱਕ ਟੈਂਕੀ ਆਪਣੀ ਉਹ ਦੂਜੇ ਟਰੈਕਟਰ 'ਚ ਪਾਤੀ ਸੀ ਇਹਦਾ ਵਜਨ ਵੀ ਕਰਾਵਾਂਗੇ ਓਨਾ ਕੁ ਵਜਨ ਹੀ ਇਹਦਾ ਲੱਗਦਾ ਗਾ ਬਾਕੀ ਆਪਾਂ ਤੁਹਾਨੂੰ ਦੱਸਾਂਗੇ ਕੀ ਵਜਨ ਰਿਹਾ ਅਤੇ ਲਾਸਟ ਬੋਲੀਆਂ ਸੀ ਉਹ ਪੈ ਗਈਆਂ 6 ਕਿੱਲਿਆਂ ਦਾ ਪਟਾ ਜਿਹੜਾ ਆਪਣਾ ਵੱਢਿਆ ਗਿਆ ਧੰਨਵਾਦ ਬਾਈ ਤੇਰਾ ਓਏ ਇਹ ਚੱਕ ਬਾਈ ਚਿੜੀ ਜਨੌਰ ਦੇ ਨਾਂ ਦੀ ਇਹ ਜਿਹੇ ਬੰਦੇ ਮਿਲਣੇ ਆ ਦੇਖੋ ਆਪਦੀ ਆਪ ਚੱਕ ਕੇ ਸਿੱਟਦੇ ਹੈਗੇ
ਲਿਆ ਹੋਰ ਬੱਟਾਂ ਉੱਧੀ ਆਊ ਹੋਰ ਬੱਟਾਂ ਵੱਢਣ ਲੱਗ ਗਏ ਉਹਦੇ ਟੈਂਕੀ ਦੇ ਨਾ ਨਾ ਕਿਤੇ ਕੁਛ ਕਰਨ ਦੀ ਲੋੜ ਨਹੀਂ ਗੀ ਲੈ ਵੀ ਆਪਣੇ ਭਾਈ ਦਿੱਤੀ ਵੱਢਦੇ ਦਿੰਦਾ ਹੋ ਗਿਆ ਛਪਿਆ ਤੇ 6:30 ਦਾ ਟਾਈਮ ਉਹ ਚੱਲਿਆ ਅਤੇ ਆਹ ਟਰਾਲੀ ਪਾਉਣੀ ਕੋ ਗਈ ਇੱਕ ਟੈਂਕੀ ਉਹ 'ਚ ਹੈ ਜੌਂਡੀਅਰ 'ਚ ਉਹ ਲਈ ਖੜ੍ਹੇ ਹੈਗੇ ਅਤੇ ਇੱਧਰ ਵੀ ਆਪਣੇ ਵਾਲੇ ਵੀ ਨੇੜੇ ਲਾਤਾ ਅਤੇ ਕਰਦੇ ਪਏ ਉੱਠਦੇ ਹੈਗੇ ਉਹ ਵੱਢੀ ਜਾਂਦੇ ਇਹ ਅਤੇ ਬਣੇ ਰਹੋ ਵੀਡੀਓ ਦੇ ਨਾਲ ਅਤੇ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਲਾ ਜ਼ਰੂਰ ਕਰਿਓ ਅਤੇ ਸਾਨੂੰ ਦੱਸੋ ਵੀ ਤੁਹਾਡੇ ਏਰੀਏ 'ਚ ਝਾੜ ਕੀ ਹੈ ਅਤੇ ਸਾਡੇ ਏਰੀਏ 'ਚ ਤਾਂ ਝਾੜ ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀ ਇੰਨੇ ਕੁ ਦਾ ਤਕਰੀਬਨ ਹੈ 50 ਤੋਂ ਲੈ ਕੇ 60-65 ਤਾਈਂ ਝਾੜ ਹੈਗਾ ਗਾ ਅਤੇ ਬਾਕੀ ਦੱਸਦੇ ਹਾਂ ਆਪਾਂ ਕੰਡਾ ਕਰਾ ਕੇ 187 ਦਾ ਕੀ ਰਿਹਾ ਲੈ ਵੀ ਕੱਲ੍ਹ ਤਾਂ ਕਣਕ ਵੱਢੀ ਜਾਂਦੀ ਆਪਾਂ ਤਾਂ ਅੱਜ ਟੁੱਟਵੇਂ ਕਿਲੇ 'ਚ ਆ ਗਏ ਹੋਰ ਜੀ ਹੌਲੀ ਹੌਲੀ ਚੋਬਰਾ ਹੌਲੀ ਲੈ ਵੀ ਆਪਣੇ ਟੁੱਟਵੇਂ ਕਿਲੇ 'ਚ ਆ ਗਏ ਜਿਹੜੀ 'ਚ ਆਪਾਂ ਭੂਮੀ ਅਸਤਰਾ ਪਾਈ ਸੀ ਆਪਾਂ ਪਿੱਛੇ ਵੀਡੀਓ ਦੇਖ ਲਿਓ ਕੱਚੀ ਕਣਕ ਸੀ ਉਦੋਂ ਪਾਈ ਸੀ ਇਹ 'ਚ ਭੂਮੀ ਅਸਤਰਾ ਉਹ ਅਸੀਂ ਵੀ ਝਾੜ ਵਧਾ ਆਉਂਦੀ ਹੈ 5-7 ਮਣ ਕਿੱਲੇ ਦਾ ਅਤੇ ਇਹਦਾ ਆਪਾਂ ਕੰਡਾ ਲਾ ਜ਼ਰੂਰ ਕਰਾਵਾਂਗੇ ਹੋਰ ਦਾ ਕਰਾ ਕੇ ਨਾ ਕਰਾ ਕੇ ਅਤੇ ਜੇ ਵੱਢ ਗਈ ਜਾਣ ਸਾਰ ਇੱਕ ਕਿੱਲਾ ਟੁੱਟਵਾਂ ਇਹ ਅਤੇ ਇਹਦਾ ਕੰਡਾ ਕਰਾਵਾਂਗੇ ਅਤੇ ਤੁਹਾਨੂੰ ਦੱਸਾਂਗੇ ਇਹਦਾ ਝਾੜ ਕਿੰਨਾ ਉਹ ਕੀ ਹਾਲ ਆ ਮੁੰਡਿਆ ਓਏ ਚੰਗਾ ਮੌਸਮ ਹੋ ਰਿਹਾ ਠੰਡਾ ਜਿਹਾ ਚੱਕੀ ਫਿਰੋ ਕੰਮ ਨੂੰ ਅੱਛਾ ਗਰਦ ਵੀ ਨਹੀਂ ਸਤਿ ਸ਼੍ਰੀ ਅਕਾਲ ਦੋ ਵਾਰੀ ਬਾਈ ਦੋ ਵਾਰੀ ਲੈ ਵੀ ਆਪਣੇ ਜੁੱਡੀ ਦੇ ਯਾਰ ਮੋਟਾ ਤੇ ਗੋਗੜੀ ਹਾਏ ਹਾਏ ਆਉਂਦੀਆਂ ਗੁੰਦਿਆ ਯਾਰੀ ਪਕਾ ਕੇ ਆਉਂਦੀ ਹੈ ਯਾਰੀ ਧੰਨਵਾਦ ਬਾਈ ਇਹਦਾ ਆਪਣੀ ਯਾਰੀ ਪਕਾਉਣ ਖਾਤਰ ਕੇ ਉੱਪੜ ਗਿਆ ਇੱਥੇ ਤੇ ਬੈਲਟ ਪਾ ਲਈ ਬੈਲਟ ਬੈਲਟ ਪਾਈ ਨਹੀਂ ਚੱਲੀ ਜਾਂਦੀ ਅੱਧੀ ਟੁੱਟ ਕੇ ਅੱਧੀ ਰਹੇਗੀ ਪਹਿਲਾਂ ਤਾਂ ਦੇਖੋ ਪਾਊਡਰ ਦੇਖੋ ਲੱਗਿਆ ਇਹਦੇ ਆਪਾਂ ਕਹਿੰਦੇ ਨੇ ਮਸ਼ੀਨ ਵਾਲੇ ਐਂ ਜਮਾਂ ਨਜ਼ਾਰਾ ਹੀ ਵੱਜਿਆ ਹੁੰਦਾ ਗਾ ਤੇ ਜੀ ਪਿਆ ਲੱਗਦਾ ਕੰਡ ਕਾਹਨੂੰ ਲੱਗਦੀ ਹੈ ਜਦੋਂ ਐਂ ਚੱਲਦੀ ਹੋਵੇ ਅੱਛਾ ਅੱਛਾ ਨਜ਼ਾਰਾ ਆਉਂਦਾ ਸਰੂਰ ਜਿਹਾ ਚੜ੍ਹੀ ਜਾਂਦਾ ਬੋਤਲ 'ਚ ਨਾ ਜਾਂਦਾ ਪੂਰਾ ਬੋਤਲ ਆ ਹੁੰਦਾ ਭਾਈ ਨਜ਼ਾਰੇ ਤੇ ਚੱਲੀ ਵਗਦੇ ਆ ਗਿਰਾ ਆਪਾਂ ਕਿੱਲਾ ਵੱਢ ਲਾਂਗੇ ਦੂਜੀ ਵੱਢਾਂਗੇ ਫੇਰ ਤੇ ਕਰਦੇ ਆਪਾਂ ਲੈ ਗਏ ਰੱਬ ਦਾ ਨਾ ਵਾਹਿਗੁਰੂ ਸਤਨਾਮ ਸੱਚੇ ਪਾਤਸ਼ਾਹ ਫਿਰ ਵੱਧ ਉੱਠਦੀ ਮਸ਼ੀਨ ਲੈ ਵੀ ਬਣੇ ਰਹੋ ਵੀਡੀਓ ਦੇ ਨਾਲ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਲਾ ਜ਼ਰੂਰ ਕਰਿਓ ਲੈ ਰੱਬ ਨਾ ਮਜ਼ਾ ਦਿੱਤੀ ਕਿਆ ਮਜ਼ਾ ਫਿਰ ਲੈ ਆਵਾਂਗੇ ਯਾਰ ਹੌਲੀ ਬੜੀ ਸੁੱਕ ਰਹੀ ਆਇਆ ਬਲਾਲ ਤਾਂ ਆਇਆ ਨੀ ਇਹਦਾ ਮਰੀ ਕਿੱਦਾਂ ਦਾ ਪਹਿਲਾਂ ਸਾਡੇ ਵੱਢਾਂਗੇ ਇਹਦਾ